ਸੀ ਸਹੇਲੀ ਦੀ ਮੈਰਿਜ ਤੇ ਨਹੀਂ ਨਹੀਂ ਕੀ ਨਾਮ ਬੇਟੀ ਦਾ ਅੰਜਲੀ ਅੱਛਾ ਕੀ ਹੋਇਆ ਤੇ ਉਹਦੀ ਸਹੇਲੀ ਉਹਨੂੰ ਲੈ ਕੇ ਚਲ ਗਈ ਨਾਲ ਉਹਨੇ ਅੱਜ ਤੱਕ ਮੈਨੂੰ ਕੁਝ ਨਹੀਂ ਪਤਾ ਲੱਗਣ ਦਿੱਤਾ ਕਿੱਥੇ ਹੈਗੀ ਜਿੰਦੀ ਆ ਕਿ ਮਰ ਗਈ ਆ ਜਾਂ ਮਾਰ ਦਿੱਤੀ ਜਾਂ ਵੇਚ ਦਿੱਤੀ ਸਹੇਲੀ ਦਾ ਨਾਮ ਕੀ ਹੈ ਜਿੰਨਾ ਗਈ ਲੱਗਦਾ ਜੋਤੀ 20 ਤਰੀਕ ਘਰੋਂ ਗਏ ਸੀ ਮੈਰਿਜ ਤੇ ਅੱਛਾ ਮੈਰਿਜ ਕਿਤੇ ਸੀ ਮੈਰਿਜ ਉਹਨਾਂ ਦੀ ਫਰੈਂਡ ਦੀ ਅੱਛਾ ਇਹ ਫਰੈਂਡ ਦੀ ਮੈਰਿਜ ਤੇ ਸਾਰੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵਿੱਚ ਵਾਪਸ ਨਹੀਂ ਆਈ ਉਹ ਅੱਛਾ ਤੇ ਤੁਸੀਂ ਉਹਨਾਂ ਨੂੰ ਜਿਹਦੇ ਨਾਲ ਗਈ ਉਹਨੂੰ ਪੁੱਛਿਆ ਕਿ ਕਿੱਥੇ ਸਹੇਲੀ ਉਹਦੀ ਅਸੀਂ ਉਹਨਾਂ ਦੇ ਘਰ ਤੱਕ ਜਾ ਕੇ ਪੁੱਛਦੇ ਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਹੈਗਾ ਤੇ ਉਹਦੀ ਸਹੇਲੀ ਕਿੱਥੇ ਆਸਣ ਹਾਂਜੀ ਸਹੇਲੀ ਉਹਦੀ ਕਿੱਥੇ ਜਿੰਨਾ ਘਰੋਂ ਗਈ ਮੈਰਿਜ ਤੇ ਸਹੇਲੀ ਆਪਣੇ ਉਹਨਾਂ ਉਹ ਆਪਣੇ ਘਰੇ ਹੈਗੀ ਆ ਸਹੇਲੀ ਅਸਮ ਆਪਣੇ ਘਰ ਹੈ ਹਾਂਜੀ ਇਹ ਤੁਹਾਨੂੰ ਸ਼ੱਕ ਹੈ ਕੋਈ ਉਹਦਾ ਭਰਾ ਆ ਉਹ ਕਹਿੰਦੀ ਮੈਂ ਘਰ ਹੀ ਲੈ ਕੇ ਉਹਨੇ ਸੋਚਿਆ ਖਰੇ ਘਰ ਚਲ ਗਈ ਹੋਣੀ ਆ ਮੈਨੂੰ 7:30 ਵਜੇ ਉਹਨੇ 25 ਤਰੀਕ 26 ਨੂੰ ਫੋਨ ਕੀਤਾ ਸਵੇਰੇ ਤੇ ਮੁੜ ਕੇ ਉਹ ਘਰ ਆਈ ਨਹੀਂ ਸਾਡੇ ਪਤਾ ਨਹੀਂ ਉਹਨਾਂ ਨੇ ਕਿੱਥੇ ਗਾਇਬ ਕਰ ਦਿੱਤੀ ਆ ਜਾਂ ਉਹਨਾਂ ਨੇ ਮਾਰ ਦਿੱਤੀ ਆ ਜਾਂ ਕਿੱਦਾਂ ਆ ਜਾਂ ਕੋਈ ਗੱਲਬਾਤ ਵੀ ਆ ਜਾਂ ਵੀ ਆ ਸਾਡੇ ਸਾਹਮਣੇ ਪੇਸ਼ ਕਰਦਣ ਉਹ ਹਾਂਜੀ ਉਹ ਕਰੀ ਆ ਉਹਦੇ ਮਾਪਿਓ ਨਾਲ ਵੀ ਗੱਲਬਾਤ ਹੋਈ ਹਾਂਜੀ ਮਾਂ ਬਾਪ ਨਾਲ ਮਾਂ ਹੈ ਨਹੀਂ ਉਹ ਬਾਪ ਨਾਲ ਗੱਲ ਹੋਈ ਆ ਉਹਦੀ ਭੈਣ ਆ ਇੱਕ ਵੱਡੀ ਉਹਨਾਂ ਨਾਲ ਵੀ ਗੱਲ ਹੋਈ ਬੇਟੀ ਦਾ ਅੰਜਲੀ ਉਮਰ ਕਿੰਨੀ ਅੰਜਲੀ ਬੇਟੀ ਦੀ 19 ਸਾਲ ਦੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਜੀ ਕੀ ਪੁਲਿਸ ਚੌਂਕੀ ਜਾਂ ਪੁਲਿਸ ਥਾਣੇ ਜਾਂ ਸੀਪੀ ਸਾਹਿਬ ਨੇ ਮੇਰੇ ਕੋਲ ਕੋਈ ਕੰਪਲੇਂਟ ਲਿਖਾਈ ਹੈ ਨਹੀਂ ਭਾਜੀ ਮੈਂ ਐਪਲੀਕੇਸ਼ਨ ਦੇ ਕੇ ਆਈ ਸੀ ਜੀ ਉੱਥੇ ਕਿੱਥੇ ਦਿੱਤੀ ਸੀ ਸੀਪੀ ਸਾਹਿਬ ਕਮਿਸ਼ਨ ਦਫ਼ਤਰ ਹਾਂਜੀ ਠੀਕ ਹੈ ਕੀ ਕਾਰਵਾਈ ਹੋਈ ਹੈ ਕੁਝ ਵੀ ਕਾਰਵਾਈ ਨਹੀਂ ਹੋਈ ਹੈਗੀ ਕਿਸੇ ਤਰ੍ਹਾਂ ਤੁਹਾਨੂੰ ਕੋਈ ਫੋਨ ਥਾਣੇ ਤੋਂ ਕਿਸੇ ਦਾ ਫੋਨ ਨਹੀਂ ਆਇਆ ਕੋਈ ਨਹੀਂ ਕੁਝ ਵੀ ਨਹੀਂ ਆਇਆ ਕਿਉਂਕਿ ਉਹਨਾਂ ਨੇ ਐਪਲੀਕੇਸ਼ਨ ਜਦੋਂ ਆਪਾਂ ਦਿੱਤੀ ਸੀਗੀ ਤੇ 4:00 ਦੇ ਦਿੱਤੀ ਸੀਗੀ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆਏਗਾ।